माता की आशीष पूता माता की आशीष 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 पूता माता की आशीष पूता निमखना मिसरो आसीस आसीस
ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਮਿਹਰਮਤ ਕਰਕੇ ਇਸ ਘਰ ਦੇ ਵਿੱਚ ਪਰਸੋਂ ਦੇ ਰੋਜ਼ ਤੋਂ ਚਰਨ ਪਾ ਕਰਕੇ ਸਤਿਗੁਰੂ ਜੀ ਨੇ ਇਸ ਘਰ ਨੂੰ ਪਵਿੱਤਰ ਕੀਤਾ ਹੈ। ਸੇਵਕ ਪਰਿਵਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਓਟ ਆਸਰਾ ਲਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸ਼੍ਰੀ ਅਖੰਡ ਪ੍ਰਸਾਦ ਚੱਲ ਰਹੇ ਸਨ।
ਜਿਨ੍ਹਾਂ ਦੇ ਨਿਰਵਿਘਨਤਾ ਸਹਿਤ ਭੋਗ ਪਏ ਉਪਰੰਤ ਕਰਜਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਕੀਰਤਨ ਹਰ ਜਸ ਸਰਵਣ ਕਰ ਰਹੇ ਹੋ। ਸੇਵਕ ਪਰਿਵਾਰ ਸ਼੍ਰੀ ਮਿੱਕੀ ਸੇਠੀ ਅਤੇ ਸ਼੍ਰੀਮਤੀ ਲਵੀ ਸੇਠੀ ਸਮੂਹ ਪਰਿਵਾਰ ਵੱਲੋਂ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪਣੀ ਬੇਟੀ ਨੂਰ ਸੇਠੀ ਦੇ ਵਿਆਹ ਕਾਰਜਾਂ ਦੀ ਖੁਸ਼ੀ ਦੇ ਵਿੱਚ ਜਿਨ੍ਹਾਂ ਦਾ ਆਨੰਦ ਕਾਰਜ ਸ਼੍ਰੀਮਾਨ ਸ਼੍ਰੀ ਧਰੂਵ ਰਾਜ ਵਿਜ ਇਹਨਾਂ ਬੱਚਿਆਂ ਦਾ ਆਨੰਦ ਕਾਰਜ ਹੋਣਾ ਹੈ, ਇਹਨਾਂ ਕਾਰਜਾਂ ਦੀ ਸਫਲਤਾ ਦੇ ਵਾਸਤੇ ਸਾਹਿਬ ਜੀ ਦੀਆਂ ਅਸੀਸਾਂ ਲੈਣ ਵਾਸਤੇ ਗੁਰੂ ਸਾਹਿਬ ਦੇ ਚਰਨ ਆਪਣੇ ਗ੍ਰਹਿ ਵਿਖੇ ਪੁਆਏ ਹਨ। ਆਪ ਜੀ ਹਰ ਜਸ ਕੀਰਤਨ ਸਰਵਣ ਕਰ ਰਹੇ ਹੋ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਸਤਿਗੁਰੂ ਜੀ ਕਹਿੰਦੇ ਹਨ ਕਿ ਸੰਗਤ ਰੂਪੀ ਜਿਹੜੀ ਸਾਡੀ ਮਾਂ ਹੈ ਅਤੇ ਗੁਰੂ ਰੂਪੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਪਿਤਾ ਜੀ ਹਨ। ਇਹਨਾਂ ਦੀਆਂ ਅਸੀਸਾਂ ਦੇ ਨਾਲ ਜੀਵ ਨੂੰ ਬਹੁਤ ਬਖਸ਼ਿਸ਼ਾਂ ਮਿਲਦੀਆਂ ਹਨ, ਬਹੁਤ ਰਹਿਮਤਾਂ ਦੇ ਨਾਲ ਜਿਹਦੀ ਝੋਲੀ ਵਿੱਚ ਸੰਗਤ ਦੀਆਂ ਅਸੀਸਾਂ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਜਿਹਦੇ ਸਿਰ 'ਤੇ ਹੋਵੇ, ਉਹਦਾ ਕੋਈ ਵੀ ਕਾਰਜ ਕਿਤੇ ਵੀ ਕਿਸੇ ਪ੍ਰਕਾਰ ਦੇ ਨਾਲ ਅਧੂਰਾ ਨਹੀਂ ਰਹਿ ਸਕਦਾ। ਜਿਹੜਾ ਜੁੜ ਕਰਕੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ, ਕਿਵੇਂ ਅਰਦਾਸ ਕਰਨੀ ਹੈ? ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਅਰਦਾਸ ਚਾਰ ਅੱਖਰਾਂ ਦਾ ਸੁਮੇਲ ਹੈ ਅਤੇ ਇਹਦੇ ਅਰਥ ਹਨ ਐੜਾ, ਰਾਰਾ, ਦੱਦੇ ਕੰਨਾ ਅਤੇ ਸੱਸਾ। ਇਹ ਅਰਦਾਸ ਦੇ ਜਿਹੜੇ ਅੱਖਰ ਹਨ ਇਹਨਾਂ ਦੇ ਵਿੱਚ ਬਹੁਤ ਵੱਡਾ ਭੇਦ ਛੁਪਿਆ ਹੋਇਆ ਕਿ ਗੁਰਸਿੱਖਾ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਅਰਦਾਸ ਕਰਨੀ ਹੈ। ਇਹ ਸਮਝਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਅੱਗੇ ਮੈਂ ਅਰਦਾਸ ਕਰ ਰਿਹਾ ਹਾਂ ਅਤੇ ਉਹ ਘੱਟ ਘੱਟ ਦੀ ਜਾਣਨ ਵਾਲੇ ਹਨ, ਭਾਵੇਂ ਮੈਂ ਮੂੰਹ ਤੋਂ ਬੋਲ ਕੇ ਕਹਾਂ ਕਿ ਮੈਨੂੰ ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ। ਸਤਿਗੁਰੂ ਜੀ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹਨ, ਐੜੇ ਤੋਂ ਅਰਥ ਹੈ ਅੰਤਰਜਾਮੀ। ਦੂਸਰਾ ਅੱਖਰ ਹੈ ਰਾਰਾ। ਰਾਰਾ ਕਹਿੰਦਾ ਕਿ ਭਾਈ ਜਿਹਨੂੰ ਤੂੰ ਅੰਤਰਜਾਮੀ ਕਹਿੰਦਾ ਹੈ ਉਹ ਰੱਖਿਆ ਕਰਨ ਵਾਲਾ ਰਖਵਾਲਾ ਵੀ ਹੈ, ਤੇਰੀ ਰੱਖਿਆ ਵੀ ਕਰੇਗਾ। ਤੀਸਰਾ ਅੱਖਰ ਹੈ ਦੱਦੇ ਕੰਨਾ। ਦੱਦੇ ਕੰਨੇ ਦਾ ਅਰਥ ਹੈ ਕਿ ਉਹ ਦਾਤਾਂ ਦੇਣ ਵਾਲਾ ਦਾਤਾਰ ਹੈ, ਸਾਰੀਆਂ ਦਾਤਾਵਾਂ ਨੇ ਦਿੱਤੀਆਂ ਹਨ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਏ। ਦਾਤਾਰ ਨੂੰ ਕਦੇ ਵਿਸਰਨਾ ਨਹੀਂ ਚਾਹੀਦਾ। ਚੌਥਾ ਅੱਖਰ ਹੈ ਸੱਸਾ, ਜਿਹੜਾ ਅੰਤਰਜਾਮੀ ਹੈ, ਰਖਵਾਲਾ ਹੈ, ਰੱਖਿਆ ਕਰਨ ਵਾਲਾ, ਦਾਤਾਂ ਦੇਣ ਵਾਲਾ ਦਾਤਾਰ ਹੈ ਅਤੇ ਉਹ ਮੇਰਾ ਹਰੇਕ ਕਾਰਜ ਦੇ ਵਿੱਚ ਸਹਾਇਤਾ ਕਰਨ ਵਾਲਾ ਸਾਥੀ ਵੀ ਹੈ। ਇਹਨਾਂ ਚਾਰ ਅੱਖਰਾਂ ਨੂੰ ਧਿਆਨ ਵਿੱਚ ਰੱਖ ਕੇ ਜਦੋਂ ਕੋਈ ਜਨ ਬਣ ਕੇ ਅਰਦਾਸ ਕਰੇਗਾ ਨਾ, ਤਾਂ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਉਸ ਜਨ ਦੀ ਉਸ ਸੇਵਕ ਦੀ ਅਰਦਾਸ ਕਦੇ ਬਿਰਥ ਨਹੀਂ ਹੁੰਦੀ। ਆਓ ਭਾਵਨਾ ਦੇ ਨਾਲ ਹਰ ਜਸ ਕੀਰਤਨ ਦਾ ਆਨੰਦ ਮਾਣੀਏ ਅਤੇ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤੁਮਰੀ ਓਟ ਤੁਮਾਰੀ ਆਸਾ, ਤੁਮਰੀ ਓਟ ਤੁਮਾਰੀ
Thank you.
Yeah.
Thank you.
ਸਤਿਗੁਰੂ ਜੀ ਸਾਨੂੰ ਅਸੀਸ ਦੇ ਰਹੇ ਹਨ ਇਹ ਬੇਟਾ ਇਹ ਮੇਰੇ ਸਿੱਖਾ ਤੂੰ ਜਿਉਂਦਾ ਰਹਿ ਜਿਉਂਦਾ ਰਹਿ ਜਿਉਂਦਾ ਰਹਿ ਤਿੰਨ ਵਾਰ ਅਸੀਂ ਸਤਿਗੁਰੂ ਜੀ ਦਿੰਦੇ ਹਾਂ ਪਰਮੇਸ਼ਰ ਦੇ ਨਾਮ ਰਸ ਨੂੰ ਹਰ ਰੋਜ਼ ਚਖਣਾ ਕਰ ਹਰ ਰੋਜ਼ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜ ਕਰਕੇ ਉਸਦੇ ਨਾਮ ਦਾ ਰਸ ਚਖਣਾ ਇਹ ਗੁਰਸਿੱਖ ਦਾ ਬਹੁਤ ਵੱਡਾ ਸੁਭਾਗ ਜੇ ਕਿਤੇ ਬਣ ਜਾਵੇ ਅਤੇ ਗੁਰੂ ਹਰ ਵੇਲੇ ਉਹਦੇ ਬਖਸ਼ਿਸ਼ਾਂ ਕਰਦਾ ਹੈ ਨਿਤ ਉੱਠ ਪੀਓ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕਰਕੇ ਨਾਮ ਦਾ ਰਸ ਤੂੰ ਪੀਣਾ ਕਰ ਹਰ 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 ਰਸਨਾ ਕਰੋ ਆਪਣੀ ਰਸਨਾ ਦੇ ਨਾਲ ਵਾਹਿਗੁਰੂ 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 ਸਿੱਖਾ ਤੂੰ ਵਾਹਿਗੁਰੂ ਜਪ ਜੇ ਕੋਈ ਹਿੰਦੂ ਹੈ ਤਾਂ ਉਹਨੂੰ ਕਹਿੰਦੇ ਰਾਮ ਰਾਮ ਕ੍ਰਿਸ਼ਨ ਕ੍ਰਿਸ਼ਨ ਮੁਰਾਰੀ ਮੁਰਾਰੀ ਬੀਠਣ ਬੀਠਣ ਜੋ ਜਪਦਾ ਜੇ ਮੁਸਲਿਮ ਹੈ ਤਾਂ ਉਹਨੂੰ ਕਹਿੰਦੇ ਅੱਲਾ ਅੱਲਾ ਜਪ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ ਘੱਟ ਘੱਟ ਨਾਨਕ ਮਾਝਾ ਇੱਥੇ ਸਾਰਿਆਂ ਨੂੰ ਇੱਕੋ ਉਪਦੇਸ਼ ਹੈ ਕਿ ਆਪਣੇ ਦੱਸੇ ਹੋਏ ਮਾਰਗ ਦੇ ਜੋ ਤੇਰੇ ਗੁਰੂ ਨੇ ਮਾਰਗ ਦੱਸਿਆ ਪਰਮੇਸ਼ਰ ਦਾ ਉੱਤੇ ਤਾਂ ਚੱਲਿਆ ਜਾਵੇਗਾ ਜੇ ਨਾਮ ਜਪੇਗਾ ਹਿੰਦੂ ਮੁਸਲਿਮ ਸਿੱਖ ਈਸਾਈ ਜੇ ਵੱਡੇ ਧਰਮ ਜਿਹੜੇ ਹਨ ਇਹਨਾਂ ਨੂੰ ਸਾਂਝਾ ਉਪਦੇਸ਼ ਹੈ ਇੱਥੇ ਕਿਸੇ ਉੱਚੇ ਦੇ ਨਾਲ ਬਹੁਤਾ ਲਾਡ ਪਿਆਰ ਨਹੀਂ ਅਤੇ ਕਿਸੇ ਬਹੁਤ ਅੱਤ ਦੇ ਗਰੀਬ ਦੇ ਨਾਲ ਕੋਈ ਘਿਰਣਾ ਨਹੀਂ ਕੀਤੀ ਜਾਂਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਸਤਿਗੁਰੂ ਜੀ ਇੱਥੇ ਸਾਰਿਆਂ ਨੂੰ ਇੱਕੋ ਜਿਹੀਆਂ ਬਖਸ਼ਿਸ਼ਾਂ ਦਿੰਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਸਾਜਾਂ ਵਾਲੇ ਅਤੇ ਚੋਜੀ ਪ੍ਰੀਤਮ ਨਿਤ ਨਵੇਂ ਚੋਜਾਂ ਕਰਨ ਵਾਲੇ ਸਤਿਗੁਰੂ ਜੀ ਕਹਿੰਦੇ ਹਨ ਕਿ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ਉਹ ਦੀਨਾਂ ਦੀ ਰੱਖਿਆ ਕਰਨ ਵਾਲਾ ਗਰੀਬਾਂ ਦੀ ਪੈਜ ਰੱਖਣ ਵਾਲਾ ਹੈ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ਪਛ ਪਸ਼ੂ ਨਗਨਾਗ ਨਿਰਾਧਪ ਸਭ ਸਮੈ ਸਭ ਕੋ ਪ੍ਰਤਪਾਰੈ ਔਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ ਨਿਧ ਦਾ ਅਰਥ ਹੁੰਦਾ ਖਜ਼ਾਨਾ ਉਹ ਦਇਆ ਦਾ ਖਜ਼ਾਨਾ ਦਇਆ ਦਾ ਸਮੁੰਦਰ ਦਇਆ ਦਾ ਸਾਗਰ ਪਰਮੇਸ਼ਰ ਦੋਖਨ ਦੇਖਤ ਹੈ ਪਰ ਦੇਤ ਨਹਾਰੈ ਸਾਡੀ ਗਲਤੀਆਂ ਸਾਡੇ ਗੁਨਾਹ ਦੇਖਦਾ ਹੈ ਪਰ ਜਦੋਂ ਸਾਨੂੰ ਦਾਤਾਂ ਦਿੰਦਾ ਨਾ ਤਾਂ ਉਹ ਸਾਨੂੰ ਨਿਹਾਲ ਕਰ ਦਿੰਦਾ ਹੈ ਜ਼ਫਰਨਾਮੇ ਦੇ ਵਿੱਚ ਦਸ਼ਮੇਸ਼ ਪਿਤਾ ਜੀ ਨੇ ਕਿਹਾ ਕਿ ਇਹ ਔਰੰਗਜ਼ੇਬ ਉਹ ਪਰਮਾਤਮਾ ਪਰੀਪੂਰਨ ਪਰਮਾਤਮਾ ਉਹਦੇ ਕੋਲ ਕੋਈ ਸਾਜ਼ ਨਹੀਂ ਕੋਈ ਬਾਜ ਨਹੀਂ ਕੋਈ ਫੌਜ ਨਹੀਂ ਕੋਈ ਐਸ਼ ਅਸ਼ ਅਰਿਸ਼ਟ ਨਹੀਂ ਕੁਛ ਕੋਈ ਸਾਜੋ ਸਮਾਨ ਨਹੀਂ ਉਹਦੇ ਕੋਲ ਜਿਹੜਾ ਬਾਦਸ਼ਾਹ ਮਹਾਰਾਜਿਆਂ ਦੇ ਕੋਲ ਹੁੰਦਾ ਨਾ ਉਹਦੇ ਕੋਈ ਫੌਜ ਹੈ ਨਾ ਕੋਈ ਸਾਜ਼ ਬਾਜ ਹੈ ਨਾ ਕੋਈ ਸ਼ਸਤਰ ਬਸਤਰ ਹਨ ਪਰ ਜਦੋਂ ਉਹ ਕਿਸੇ 'ਤੇ ਬਖਸ਼ਿਸ਼ਾਂ ਕਰਦਾ ਹੈ ਨਾ ਤਾਂ ਉਹ ਭਿਖਾਰੀਆਂ ਨੂੰ ਵੀ ਬਾਦਸ਼ਾਹ ਬਣਾ ਦਿੰਦਾ ਹੈ ਆਪਕੋ ਸਤਨਾਮ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ੰਦ ਐਸ਼ ਅਰਿਸ਼ ਉਹ ਸਾਰੀਆਂ ਐਸ਼ਾਂ ਪੂਰੀਆਂ ਕਰ ਦਿੰਦਾ ਜਦੋਂ ਕਿਸੇ 'ਤੇ ਬਖਸ਼ਿਸ਼ਾਂ ਕਰਦਾ ਸੋ ਸੇਵਕ ਪਰਿਵਾਰ ਨੂੰ ਆਪਣੀ ਬੇਟੀ ਦੇ ਆਨੰਦ ਕਾਰਜ ਆਨੰਦ ਵਿਆਹ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਹੋਵਣ ਸਤਿਗੁਰ ਕਿਰਪਾ ਕਰਨ ਧਰ ਜੀਅਰੇ ਇੱਕ ਟੇਕ ਤੂੰ ਲਾਹੇ ਵਡਾਣੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸਤਿਗੁਰ ਜੀ ਇਹਨਾਂ ਕਾਰਜਾਂ ਨੂੰ ਸਫਲਾ ਬਣਾਉਣ ਸਫਲਤਾ ਪੂਰਵਕ ਸਭਨਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨ ਆਓ 1 ਵਜੇ ਤੱਕ ਹੁਕਮ ਹੋਇਆ ਆਪਾਂ 5-7 ਮਿੰਟ ਦੇ ਵਿੱਚ ਸਮਾਪਤੀ ਵੱਲ ਵਧੀਆ ਜੀ ਆਖਰੀ ਸ਼ਬਦ ਗਾਇਨ ਕਰਕੇ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਹਰ ਰੋਜ਼ ਕੀਰਤਨ ਸਰਵਣ ਕਰਦੇ ਹੋ ਕੀਰਤਨ ਗਾਉਂਦੇ ਹੋ ਕੀਰਤਨ ਦਰਬਾਰਾਂ ਵਿੱਚ ਜਾਂਦੇ ਹੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਸ਼ਬਦ ਗਾਇਨ ਕਰਨਾ ਹੈ ਉਪਰੰਤ ਆਪਾਂ ਅਨੰਦ ਸ਼ਬਦ ਦਾ ਜਾਪ ਕਰਕੇ ਅਤੇ ਖੇਮਾ ਦੇ ਜਾਗ ਹੋ ਜਾਣਾ
गुरपुरे चरणी लाया हर संग सहाई पा जाइए तहां सुगे में जह जाइए
ਪ੍ਰਵਾਨ ਕਰਨੀ ਜੀ ਕੀਰਤਨ ਕਰਦੇ ਆ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁੱਕਾ ਹੋ ਗਈਆਂ ਹਨ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਸਤਿਗੁਰ ਜੀ ਅਤੇ ਸੰਗਤਾਂ ਬਖਸ਼ਣਯੋਗ ਹਨ ਜੀ ਖਿਮਾ ਦੇਣੀ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਦੀ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਸੇਵਕ ਪਰਿਵਾਰ ਦਾ ਧੰਨਵਾਦ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਪਿਆਰ ਦੇ ਨਾਲ ਬੈਠ ਕਰਕੇ ਇਕਾਗਰਤਾ ਦੇ ਨਾਲ ਬੈਠ ਕਰਕੇ ਹਰ ਜਸ ਕੀਰਤਨ ਸਰਵਣ ਕੀਤਾ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਰੀਮਾ ਆਨੰਦ ਜੀ ਜਿਨ੍ਹਾਂ ਨੇ ਸਾਨੂੰ ਬੜੇ ਚਿਰ ਤੋਂ ਪਿਆਰ ਦੇ ਨਾਲ ਆਪਣੇ ਗਲੇ ਦੇ ਨਾਲ ਲਾਇਆ ਹੈ ਬੜਾ ਪਿਆਰ ਦਿੰਦੇ ਹਨ ਬੱਚਿਆਂ ਵਾਂਗੂ ਸਾਨੂੰ ਜਿਨ੍ਹਾਂ ਨੇ ਕਈ ਵਾਰ ਸਾਨੂੰ ਹੇਮਕੁੰਡ ਸਾਹਿਬ ਦੇ ਪਾਵਨ ਸਥਾਨ ਦੀ ਸੇਵਾ ਦਿੱਤੀ ਹੈ ਅਤੇ ਇਸ ਘਰ ਦੇ ਵਿੱਚ ਵੀ ਇਹਨਾਂ ਕਾਰਜਾਂ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਸਤਿਗੁਰੂ ਜੀ ਦੀ ਸੇਵਾ ਕਰਨ ਦਾ ਸਾਨੂੰ ਸੁਭਾਗ ਸਮਾਂ ਦਿੱਤਾ ਅਤੇ ਆਪ ਸੰਗਤਾਂ ਦੇ ਦਰਸ਼ਨ ਕਰਾਏ ਹਨ ਦਸਰਿਆਂ ਦਾ ਜੱਥਾ ਭਾਈ ਸੁਖਵਿੰਦਰ ਸਿੰਘ ਜਵੱਦੀ ਨਵਾਂ ਸ਼ਹਿਰ ਵਾਲੇ ਹਜੂਰੀ ਰਾਗੀ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹ ਛੇਵੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸਿਕ ਸਥਾਨ ਜਿੱਥੋਂ ਚੱਲ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਚਰਨ ਪਰਸਨ ਵਾਸਤੇ ਆਏ ਹਾਂ ਸੇਵਕ ਪਰਿਵਾਰ ਸਰਦਾਰ ਮਿੱਕੀ ਅਤੇ ਭੈਣ ਜੀ ਲਵੀ ਸਾਰੇ ਪਰਿਵਾਰ ਨੇ ਸਾਨੂੰ ਘਰ ਰਾਤ ਦਾ ਬਹੁਤ ਪਿਆਰ ਬਖਸ਼ਿਸ਼ ਕੀਤਾ ਹੈ ਬੜੀ ਸੇਵਾ ਕੀਤੀ ਹੈ ਜਿਨ੍ਹਾਂ ਨੇ ਬੜੇ ਪਿਆਰ ਨਾਲ ਸਾਨੂੰ ਆਓ ਭਗਤ ਕਿਹਾ ਹੈ ਵੈਲਕਮ ਕੀਤਾ ਹੈ ਅਸੀਂ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰ ਕਰਦਿਆਂ ਹੋਇਆਂ ਅਰਦਾਸ ਕਰਦੇ ਹਾਂ ਕਿ ਇਹਨਾਂ ਸੰਗਤਾਂ ਦਾ ਫਿਰ ਦੁਬਾਰਾ ਸਾਡੇ ਨਾਲ ਮਿਲਾਪ ਸਾਡਾ ਇਹਨਾਂ ਦੇ ਨਾਲ ਫਿਰ ਮਿਲਾਪ ਇਸੇ ਤਰ੍ਹਾਂ ਬਣਿਆ ਰਹੇ ਜੀ ਸਾਨੂੰ ਤੁਹਾਡਾ ਪਿਆਰ ਮਿਲਦਾ ਰਹੇ ਤੁਹਾਡੀ ਸੇਵਾ ਕਰਨ ਦਾ ਸੁਭਾਗ ਸਭਾ ਸਾਨੂੰ ਮਿਲਦਾ ਰਹੇ ਜੀ ਸਤਿਗੁਰ ਕਿਰਪਾ ਕਰਨ ਸਾਡੀ ਭੈਣ ਨੂਰ ਸੇਠੀ ਅਤੇ ਵੀਰ ਧਰੂਵ ਰਾਜ ਵਿੱਜ ਦੇ ਇਹਨਾਂ ਵਿਆਹ ਕਾਰਜਾਂ ਵਿੱਚ ਸਤਿਗੁਰ ਜੀ ਆਪ ਸ਼ਾਮਿਲ ਹੋ ਕਰਕੇ ਇਹਨਾਂ ਕਾਰਜਾਂ ਨੂੰ ਸਫਲਾ ਬਣਾਉਣ ਜੀ ਸਾਡੇ ਤੋਂ ਕੀਰਤਨ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ ਗ੍ਰੰਥੀ ਸਿੰਘਾਂ ਦਾ ਗੁਰੂ ਕੇ ਵਜ਼ੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅਤੇ ਦਾਸਰਿਆਂ ਨੂੰ ਬਾਣੀ ਸਰਵਣ ਕਰਾ ਕਰਕੇ ਸਾਰੀ ਸੇਵਾ ਨਿਭਾ ਕਰਕੇ ਸਾਥ ਨਿਭਾਇਆ ਸਤਿਗੁਰ ਕਿਰਪਾ ਕਰਨ ਇਹਨਾਂ ਦੇ ਸਿਰ 'ਤੇ ਮਿਹਰ ਭਰੈਥ ਰੱਖ ਕੇ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਜੀ ਆਓ ਹੁਣ ਅਨੰਦ ਸਾਹਿਬ ਦਾ ਜਾਪ ਉਪਰੰਤ ਅਰਦਾਸ ਵੀ ਸ਼ਾਮਿਲ ਹੋ ਕਰਕੇ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਰਾਮ ਕਲੀ ਮਹਲਾ ਤੀਜਾ ਅਨੰਤ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਈ ਸਤਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।